ਮੈਂ ਜ਼ਰੂਰ ਪੜ੍ਹਦਾ। ਸੋਹਣੇ ਵਸਦੇ ਹਨ ਵਤਨਾਂ ਤੇ, ਜਿਵੇਂ ਵਸਦੇ ਹਨ ਨੀਵੇਂ ਵਸਦਾ ਕੋਈ ਨਾ, ਜਿਵੇਂ ਉਜੜਿਆ ਨੀਵੇਂ ਉਜੜਿਆ ਕੋਈ ਨੀ। ਬਿਸਮਿਲ੍ਲਾ। ਆਓ ਮੈਂ ਤਾਂ ਕੁਛ ਸਾਦਾਤ ਦੀ ਗੁਰਬਤ ਔਰ ਫਜ਼ੀਲਤ ਹਿੱਕੇ ਵਹਿਣ ਹੀ ਸੁਣੇ ਨਾ, ਮੁਕਾਣੀਆਂ ਜ਼ਦਾਰ ਬੈਠੇ ਹੋ ਨਿਆਜ਼ ਮੌਲਾ ਵਹਿਣ ਤੇ ਤਵੱਜੋ। ਇਵੇਂ ਕੋਈ ਨਹੀਂ ਉਜੜਿਆ ਹੈ ਦੁਨੀਆ ਤੇ, ਵਾ ਜਿਵੇਂ ਉਜੜੇ ਵਸਦੇ ਭੈਣ ਭਰਾ। ਉਜੜਿਆ ਦੁਨੀਆ ਤੇ ਜਿਵੇਂ ਉਜੜੇ ਵਸਦੇ ਭੈਣ ਭਰਾ, ਇਵੇਂ ਕੋਈ ਨਹੀਂ ਉਜੜਿਆ ਦੁਨੀਆ ਬਿਸਮਿਲ੍ਲਾ ਜਿਹੜਿਆ ਸੈਣੀ ਰਾਤ ਕੁਆਂਦੀਆਂ ਹਨ, ਨਿਤ ਕਬਰ ਰਸੂਲ ਲਾਤੇ ਓ ਉਜੜ ਗਈਆਂ ਵਿੱਚ ਜੰਗਲਾਂ ਦੇ ਰਹੀ ਦੇ ਦੀ ਕੁਲ ਆਏ ਇਓ ਸੇਵਕ ਗਰੀਬੀ ਦੇ ਉਹ ਪਰਦੇਸ ਦੇ ਵਿੱਚ ਸ਼ੁਰਫਾ ਦੇ ਹੁਕਮ ਬਾਗੀ ਲਾਗ ਸਦੇ ਦੇ ਰਹਿਵਾ ਜਿਤ ਪੜਦਾ ਰੱਬ ਸਲਵਾ ਦੁਨੀਆ ਤੇ ਬਿਸਮਿਲ੍ਲਾ ਵਸਦੇ ਭੈਣ ਵਿਰਾ। ਜਿੱਥੇ ਪੜਦਾ ਰੱਬ ਸਲਵਾ ਗੱਲ ਚਮਕੇ ਮੁਕਾਣੀ ਅਦਾਰਾ ਮੁਕਾਣ ਚ ਦਿੱਤੀ ਹੈ ਵਹਿਣ ਪਿਆ ਪੜਦਾ ਤੁਹਾਡੀ ਮੁਹੱਬਤ ਕੋ ਦੇਖ ਕੇ। ਗੱਲ ਚਮਕੇ ਵੀਰ ਮੁਸਾਫਿਰ ਦਾ ਕਿਤਾ ਵਹਿਣ ਆਉਣ ਦਿਮਾਵੇ ਬੀਬੀਆਂ ਦੀ ਕਿਹੜੇ ਜੁਰਮ ਚ ਵੀ ਰੋਣ ਆਇਓ ਦੱਸ ਮੈਂ ਕੋ ਮੈਂ ਥੀਵਣਾ ਬਾਜਰਦਾ ਕਿਹੜੇ ਜੁਰਮ ਚ ਵੀ ਰੋਣ ਹੈ ਵੋ ਦੱਸ ਮੈਂ ਕੋ ਵੋ ਮੈਂ ਥੀਵਣਾ ਬਾਜਰਦਾ ਵੋ ਚਮਚਾ ਦਰ ਭੇ ਦਾਦਾ ਇਸਲਾਮ ਦੇਖੀ ਤੇ ਹਾਇਓ ਉਜੜਵੇ ਸੋ ਸਾਨੂੰ ਹੈ ਭੈਣ ਭਰਾ ਇਸਲਾਮ ਦੇਖੀ ਤੇ ਹਾਇਓ ਉਜੜਵੇ ਸੋ ਸਾਨੂੰ ਹੈ ਭੈਣ ਭਰਾ ਕਬਾਰ ਜੁਦਾ ਨਹੀਂ ਉਜੜਿਆ ਦੁਨੀਆ ਤੇ ਉਜੜੇ ਵਸਦੇ ਭੈਣ ਭਰਾ। ਇੱਕ ਵਕਤ ਹਵੀਰ ਗੁਨਾ ਨੇ ਦੀ ਹਾ ਮੋਹਰ ਤੇ ਭੈਣ ਸਵਾਰ ਡਿਠਾ ਵਕਤ ਹਵੀਰ ਗੁਨਾ ਨੇ ਦੀ ਹਾ ਮੋਹਰ ਤੇ ਭੈਣ ਸਵਾਰ ਡਿਠਾ ਇੱਕ ਵਕਤ ਹਵੀਰ ਗਰੀਬ
ਗਰੀਬ ਦਾ ਸਰ ਆਇਓ ਹਮ ਸ਼ੀਰ ਦੇ ਸਾਹਮਣੇ ਸਾਗ ਤਿਹਾ ਕੋਈ ਨਹੀਂ ਉਜੜਿਆ ਦੁਨੀਆ ਤੇ ਬਿਸਮਿਲ੍ਲਾ ਵਸਦੇ ਭੈਣ ਬਿਰਾ ਇੱਕ ਵਸਦਾ ਵੇਲਾ ਇੱਕ ਉਜੜਿਆ ਵੇਲਾ ਵੈਣ ਤੇ ਤਵੱਜੋ ਗੁਰਬਤ ਔਰ ਫਜ਼ੀਲਾ ਦਾ ਵੈਣ ਇਕੱਠੇ ਇੱਕ ਵਕਤ ਹਮੀਰ ਕੋ ਅਰਸ਼ ਵਾਲੇ ਵੋ ਜੋੜੇ ਦੀ ਮੁਬਾਰਕ ਭੇਣ ਦਿੱਤੀ ਇੱਕ ਵਕਤ ਹਮੀਰ ਆਵਾਜ ਕਫਨ ਵੋ ਨਾ ਭੇਣ ਸਗੀ ਕੋ ਕਫਾਨ ਪਵਾ ਇੱਕ ਵਕਤ ਹਮੀਰ ਆਵਾਜ ਕਫਨ ਉਹ ਨਾ ਭੇਣ ਸਗੀ ਕੋ ਕਫਾਨ ਪਵਾ ਨਹੀਂ ਉਜੜਿਆ ਦੁਨੀਆ ਤੇ ਜਿਵੇਂ ਉਜੜੇ ਵਸਦੇ ਭੇਣ ਬਿਰਾ ਸਦਕੇ ਕੋਈ ਨਹੀਂ ਉਜੜਿਆ ਦੁਨੀਆ ਤੇ ਭੈਣੀ ਦੇ ਬਿਰਾ ਬੈਠੇ ਹੋ ਭੈਣ ਤੇ ਤਵੱਜੋ ਕਰਨੀ ਹੈ ਨਿਆਜ਼ੇ ਮੌਲਾ ਸਦਾ ਵਸਦੇ ਰਹੋ ਮੁਕਾਨ ਸਾਇਣ ਕਬੂਲ ਫਰਮਾਏ ਤੁਹਾਡੀ ਬਿਸਮਿਲ੍ਲਾ ਮੈਂ ਲੱਖ ਦਫਾ ਇੱਕ ਵਕਤ ਹਮੀਰ ਕੋ ਅਰਸ਼ ਵਾਲੇ ਜੋੜੇ ਦੀ ਮੁਬਾਰਕ ਭੇਣ ਦਿੱਤੀ ਹਮੀਰ ਕੋ ਹਾਏ ਹਾਏ ਜੋੜੇ ਦੀ ਮੁਬਾਰਕ ਭੇਣ ਦਿੱਤੀ ਵਾਹਿਕ ਵਕਤ ਹਮੀਰ ਆਵਾਜ ਕਫਨ ਵਕਤ ਹਮੀਰ ਆਵਾਜ ਕਫਨ ਵੋ ਨਾ ਭੇਣ ਸਗੀ ਕੋ ਕਫਾਨ ਪਵਾ ਵੈਣ ਤੇ ਤਵੱਜੋ ਨਹੀਂ ਆਜ ਮੌਲਾ ਇੱਕ ਵਕਤ ਹਮੀਰ ਤਰਸਦੇ ਹਨ ਸਫ ਜੋ ਆਈ ਬਿਰਾਵਾਂ ਦੀ ਇੱਕ ਵਕਤ ਹਮੀਰ ਤਰਸਦੇ ਹਨ ਕੁਝ ਮੰਗੇ ਹਾ ਭੇਣ ਸਦੇ ਮੂਹਾ ਇੱਕ ਵਕਤ ਆਪਣੇ ਕਾਤਲਾ ਤੂੰ ਵੋ ਡਿਠਾ ਵੀਰਾ ਭੇਣ ਕੋ ਰਹਾ ਮੰਗਦਾ ਹਾਏ ਗੁਰਬਤ ਕੁਰਬਾਨ ਲਾਰਾਸੀ ਭੇਣ ਬਿਰਾ ਟੁਰ ਦੀਨ ਬਚਾਵਣ ਵਤਾਨੋ ਤੂੰ ਅੱਜ ਤੋਂ ਮਦੀਨਾ ਖਾਲੀ ਏ ਅੱਜ ਤੋਂ ਮਦੀਨਾ ਖਾਲੀ ਹੈ ਵੋ ਨਾ ਭੇਣ ਵਲੀ ਨਾ ਵੀਰ ਵਲਿਆ ਨਹੀਂ ਉਜੜਿਆ ਦੁਨੀਆ ਤੇ ਜਿਵੇਂ ਉਜੜਿਆ ਵਸਦੇ ਭੈਣ ਦੇਖ ਆਈਆ ਮੈਂ ਕਤਲਗਾਹ ਦੇ ਵਿੱਚ ਘੋੜ ਲਾਸ਼ਾਤ ਪੈ ਭਜੇ ਜਿਹੜਾ ਵਕਤ ਇਜਾਜ਼ਤ ਬਿਸਮਿਲ੍ਲਾ ਮੈਂ ਨੌਕਰ ਹੈ ਦੇਖਿਆ ਮੈਂ ਕਤਲਗਾਹ ਦੇ ਵਿੱਚ ਘੋੜ ਲਾਸ਼ਾਤ ਪੈ ਭਜੇ ਦੇ ਬਿਸਮਿਲ੍ਲਾ ਮੈਂ ਨੌਕਰ ਮੈਂ ਕਤਲਗਾਹ ਦੇ ਵਿੱਚ ਘੋੜ ਲਾਸ਼ਾਤ ਪੈ ਭਜੇ ਤੈ ਕੋ ਲਾਸ਼ੇ ਪਏ ਸਦੇ ਦੇਰਾ ਮੈਂ ਕਤਲਗਾਹ ਦੇ ਵਿੱਚ ਮੋੜ ਲਾਸ਼ਾ ਪੈ ਭਜੇ ਅੱਖ ਫਿਰਾ ਬਤੁਲ ਦੀ ਬਚਣੀ ਤੈ ਕੋ ਲਾਸ਼ੇ ਪਏ ਸਦੇ ਦੇਰਾ ਲਗੀ ਜ਼ਹਿਰ ਵੇਲਾ ਦੀ ਆਪ ਬੁਝੀ ਥੀ ਵਿੱਚ
ਵਿੱਚ ਜ਼ਹਿਰਾ ਦੇ ਧੂਏ ਰਹੇ ਬਾਲ ਗੁਨੇ ਦੇ ਮਾਵਾਂ ਕੋ ਨਾ ਵਾਕਿਫ ਨਾ ਕੋਈ ਸੂਰ ਹੈ ਰਹੇ ਬਾਲ ਗੁਨੇ ਦੇ ਉਹ ਮਾਵਾਂ ਕੋ ਨਾ ਵਾਕਿਫ ਨਾ ਕੋਈ ਸੂਏ ਇੱਕ ਮਸਲਾ ਪੁੱਛਿਆ ਪੁੱਤਰ ਬਿਮਾਰ ਦਮੋਏ ਬੀਬੀਆਂ ਦੀਆਂ ਹੀ ਹੈ ਚਾਨਣੀ ਰਾਤ ਮੈਂ ਕਿਨ ਘਿਨ ਵਜਾਏ ਹਸਨ ਦੀ ਬੇਵਾ ਬੇਵਾ ਨੂੰ ਕਤਲੇ ਖੜੇ ਕਾਤਲ ਸਭੇ ਪਰੇ ਸ਼ਾਹਿਲ ਕੋਈ ਇੱਕ ਲਾਸ਼ ਜੋ ਨਹੀਂ ਲੱਭਦੀ ਮਾਰ ਜਹ ਤੇਨੇ ਜ਼ਿਮਕ ਤਲ ਵਿੱਚ ਮਈਆ ਤਸਗਰ ਦੀ ਪੈ ਗੁਲੇ ਦੇ ਦੇਖ ਆਇਆ ਹੈ ਮਾਰ ਜਹ ਤੇਨੇ ਜ਼ਿਮਕ ਤਲ ਵਿੱਚ ਮਈਆ ਤਸਗਰ ਦੀ ਪੈ ਗੁਲੇ ਦੇ ਕਬਰ ਪਟੋ ਮੇਰੇ ਅਸਗਰ ਦੀ ਉਹ ਮਾਰ ਜਾ ਤੇਨੇ ਜ਼ਿਮਕ ਤਲ ਵਿੱਚ ਮਈਆ ਤਸਗਰ ਦੇ ਪੈ ਗੁਲੇ ਹੈ ਕੋਈ ਚੋਲਾ ਪਿਆ ਲੁੱਟੇ ਦਾ ਹੈ ਕੋਈ ਮੁੰਦਰੀ ਪਿਆ ਲਹੇ ਦਾ ਹੈ ਖੈਮੀਆਂ ਵਿੱਚ ਆਈ ਗਸ਼ ਬਿਮਾਰ ਮਲਾ ਗੋ ਉਹ ਸਾਮਾਨ ਲੁੱਟੇ ਦੀਆਂ ਸ਼ਿਮਰ ਕਮੀਨਾ ਆਖੇ ਵੱਲ ਵੱਲ ਆਉਣ ਦਿਮਾਗੋ ਜ਼ਾਲਮਾ ਦਾ ਮੈਂ ਲੁੱਟਣੇ ਦਾ ਜੋ ਹੁਸੈਨ ਦੀਦੀ ਦਾ ਵਨ ਆਖ ਅਬਾਸ ਮੇਰਾ ਕੋ ਆਖੇ ਫਿਜ਼ਾ ਅਲੀ ਦੀਦੀ ਤੇਰੀ ਪਾਕ ਚਾਦਰ ਵੀ ਹੁਣ ਨਵੀਂ ਬਚਦੀ ਆਖੇ ਫਿਜ਼ਾ ਅਲੀ ਦੀਦੀ ਤੇਰੀ ਹੈ ਪਾਕ ਚਾਦਰ ਵੀ ਹੁਣ ਨਵੀਂ ਬਚਦੀ ਦੇਖ ਆਇਆ ਜੋ ਲੋਕ ਲਾ ਵੀ ਪਹਿਲੇ ਦੇ ਬਿਸਮਿਲਲਾ ਮੁਕਾਣੀ ਅਜ਼ਦਾਰ ਬੈਠੇ ਹੋ ਵੇਣ ਤੇ ਤਵਜੋ ਨਿਆਜ਼ ਮਾਲਾ ਖਸੂਸੀ ਵੇਣ ਵੀ ਅਪੜਦਾ ਤੇ ਪੈ ਭਜੇ ਦੇ ਨਹੀਂ ਸਮਝਿਆ ਦੀ ਜੋ ਕਰ ਬਲਹੇ ਯਾ ਹੈ ਦਰਬਾਰ ਏ ਸਕੀ ਫੇਦਾ ਸਨਦ ਵਾਂਗੂ ਜ਼ੁਲਮ ਲਾਸ਼ਾਂ ਤੇ ਪੈ ਕਰੇ ਦੇ ਯਾ ਰੱਬ ਅਲ ਹੁਸੈਨ ਬੇਹੱਕੇ ਹੁਸੈਨ ਇਸ਼ਫੇ ਸਦਰ ਅਲ ਹੁਸੈਨ ਬੇਜ਼ਹੂਰ ਅਲ ਹੁਜਤ ਮਾਤਮੀ ਅਜ਼ਦਾਰ ਦਾਹੀ ਕੋ ਹੁਕਮ ਪੂਰਾ ਕਰਕੇ ਦੁਆ ਪਿਆ ਦੇਣਾ ਆਓ ਸਾਰੇ ਅਜ਼ਦਾਰ ਅਲ ਕੇ ਉਹਨਾਂ ਕੋ ਮੁਕਾਣ ਦਿਓ ਜਿਨ੍ਹਾਂ ਦੀਆਂ ਖਬਰਾਂ ਨਾਲ ਖਬਰਾਂ ਨਹੀਂ ਬਣੀਆਂ ਉਹਨਾਂ ਦੇ ਵਸਣ ਦੀ ਜ਼ਰੂਰ ਦੁਆ ਕੀਤੀ ਕਰੋ ਜਿਨ੍ਹਾਂ ਦੇ ਜੰਦਰੇ ਲੱਗੇ ਤੇ ਚਾਬੀਆਂ ਨਾ ਲੱਭੀਆਂ
वो अरमाने अरमाने तेरे उजड़न दा अरमाने अपनिया दोई दे नाल उना दे वसण दी जरूर दुआ करे सो एक दा एक वैण ते दुआ है अरमाने अरमाने तेरे उजड़न दा अरमाने ਜ਼ਦਾਰ ਨੇ ਹੁਕਮ ਕੀਤਾ ਹੈ ਦਿਲ ਚਾਹੁੰਦਾ ਇੱਕ ਵੈਣ ਉਹ ਸ਼ਾਹਜ਼ਾਦੇ ਦਾ ਸੁਣਾਵਾਂ ਜੇਕੋ 18 ਸਾਲ ਅੰਮੜੀ ਪਰਦੀਆਂ 'ਚ ਪਲੇਂਦੀ ਰਹੀਏ ਜੈ ਹਰ ਕਹੀਂ ਗੁਰੂ ਆਇਆ ਹੈ ਹੁਕਮ ਮੌਤ ਆ ਦਿਨ ਜੈ ਮੌਤ ਗੁਰੂ ਆਇਆ ਹੈ ਹੁਕਮ ਅਲੀ ਅਕਬਰ ਆ ਦਿਨ ਵੈਣ ਤੇ ਤਵਜੋ ਨਹੀਂ ਆਦ ਮੌਲਾ ਜ਼ਦਾਰ ਅਜਾ ਸਾਲ ਅਕਬਰ ਦਾਰ ਮਾਨੇ ਯਾ ਰੱਬ ਅਲ ਹੁਸੈਨ ਬੇਹੱਕੇ ਹੁਸੈਨ ਇਸ਼ਵੇ ਸਦਰ ਅਲ ਹੁਸੈਨ ਬੇਜ਼ਹੂਰ ਅਲ ਹੁਜਤ ਬਾਰੇ ਲਾਹਾ ਅਜ਼ਮਤ ਅਲੀ ਮੁਹੰਮਦ ਵਸਾਈ ਬਾਨੀਆਂ ਦਾ ਫਰਸ਼ ਜ਼ਾ ਵਿੱਚ ਹੈ ਕਬੂਲ ਫਰਮਾ ਇਹਨਾਂ ਦੀ ਤੋਫੀਕਾਤ ਵਿੱਚ ਰਿਸਕ ਜਾਨ ਮਾਲ ਵਿੱਚ ਵਸਦ ਬਰਕਤ ਅਤਾ ਫਰਮਾ ਜੈ ਜੈ ਦਾ ਮੈਂ ਦਰ ਮੈਂ ਸੁੱਖ ਨੇ ਤਾਵਨ ਕੀਤਾ ਉਹਨਾਂ ਦੀ ਤੋਫੀਕਾਤ ਵਿੱਚ ਇਜ਼ਾਫਾ ਫਰਮਾ ਮੈਂ ਅੱਲਾ ਜਿਹੜੇ ਜ਼ਦਾਰ ਥੰਟੋ ਰਹਿਣ ਹਰ ਜ਼ਦਾਰ ਦਾ ਟੋੜਾ ਯਾ ਕਬੂਲ ਮਕਬੂਲ ਫਰਮਾ ਹਰ ਜ਼ਦਾਰ ਕੋ ਇੱਕ ਕਦਮ ਤੇ ਲੱਖਾਂ ਅਜਰ ਅਤਾ ਫਰਮਾ ਬਿਲਖਸੂਸ ਜਿਹੜੇ ਬੇ ਔਲਾਦਨ ਔਲਾਦ ਨਰੀਨਾ ਅਤਾ ਫਰਮਾ ਜਿਹੜੇ ਬੇਰੁਜ਼ਗਾਰ ਰੁਜ਼ਗਾਰ ਅਤਾ ਫਰਮਾ ਜਿਹੜੇ ਜ਼ਦਾਰ ਨਾ ਕਹਿ ਦਿਨ ਕਹਿ ਤੁ ਰਿਹਾਈ ਅਤਾ ਫਰਮਾ ਜਿਹੜੇ ਜ਼ਦਾਰ ਇਹ ਦੁਨੀਆ ਜਹਾਨ ਤੋਂ ਟੁਰ ਗਏ ਬਿਲਖਸੂਸ ਬਾਨੀਆਂ ਦੇ ਬਜ਼ੁਰਗਾਂ ਔਰ ਬਿਲਖਸੂਸ ਮੂਮਿਨ ਮਖਸੂਸ ਆ ਜਿਨ੍ਹਾਂ ਦੇ ਸਾਲੇ ਸਵਾਬ ਦੀ ਮਜਲਿਸ ਹੈ ਮੇਰਾ ਅੱਲਾ ਉਹਨਾਂ ਦੇ ਦਰਜਾਤ ਬੁਲੰਦ ਫਰਮਾ ਮਜਲਿਸ ਦਾ ਸਵਾਬ ਉਹਨਾਂ ਦੇ ਰੂਹ ਪਰ ਫਤੂ ਕੋ ਪਹੁੰਚਾ ਮੇਰਾ ਅੱਲਾ ਹਾਜ਼ਰੀਨ ਅਜ਼ਾਦਾਰਾਂ ਦੇ ਜਿਤਨੇ ਵੀ ਬਜ਼ੁਰਗਾਂ ਮਰਹੂਮੇਨ ਟੁਰ ਗਏ ਤਮਾਮ ਦੇ ਦਰਜਾਤ ਬੁਲੰਦ ਫਰਮਾ ਮੇਰਾ ਅੱਲਾ ਜਿਹੜੇ ਅਜ਼ਾਦਾਰ ਮਕਰੂਜ਼ ਹਨ ਉਹਨਾਂ ਦੇ ਕਰਜ਼ ਅਦਾ ਫਰਮਾ ਜੋ ਬੇਘਰ ਹਨ ਉਹਨਾਂ ਕੋ ਆਪਣੇ ਘਰ ਅਤਾ ਫਰਮਾ ਜੋ ਬਿਮਾਰ ਹਨ ਸ਼ਿਫਾਏ ਕਾਮਲ ਅਤਾ ਫਰਮਾ ਮੇਰਾ ਅੱਲਾ ਤੇਰੀ ਜ਼ਾਤ ਬਿਹਤਰ ਜਾਣਦੀ ਹੈ ਸਾਕੀਰਾਂ ਦੇ ਜ਼ਿੰਮੇ ਜੈ ਜੋ ਦੁਆ ਜ਼ਿੰਮੇ ਲਈਏ ਮੇਰੇ ਅੱਲਾ ਤਮਾਮ ਜਾਇਜ਼ ਹਾਜਾਤ ਕਬੂਲ ਮਕਬੂਲ ਫਰਮਾ ਬਿਲਖਸੂਸ ਮੇਰੇ ਅੱਲਾ ਹਜ ਜ਼ਿਆਰਤ ਦੀ ਸਾਦਤ ਨਸੀਬ ਫਰਮਾ ਸਾਡੀ ਪਹਿਲੀ ਅਤੇ ਆਖਰੀ ਦੁਆ ਸਾਡੇ ਬਾਰਵੇਂ ਆਕਾ ਦਾ ਜਲ ਜ਼ਹੂਰ ਫਰਮਾ ਇਹ ਕਾਬਿਲ ਬਣਾ ਮੌਲਾ ਦੀ ਜ਼ਿਆਰਤ ਸ਼ਿਫਾਤ ਔਰ ਮਰਫਤ ਨਸੀਬ ਹੋਵੇ ਬਰ ਖਾਨਦਾਨ ਜਨਾਬ ਸੈਦ ਅਬਲੰਦ ਸਲਵਾਤ ਨਾਰਾਏ ਹਾਦਰੀ ਅਲਬਾਦ ਦੁਸ਼ਮਣ ਤੇ ਲਾਨਾ